ਇਸ ਸਮੇਂ ਦੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਜਿੱਥੇ ਦੁਖੀ ਹੋਈਆਂ ਔਰਤਾਂ ਨੇ ਇੱਕ ਸ਼ਰਾਬ ਦੇ ਠੇਕੇ ਤੇ ਤਾਵਾ ਬੋਲ ਦਿੱਤਾ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਠੇਕੇ ਦਾ ਉਹ ਹਾਲ ਕਰ ਦਿੱਤਾ ਜੋ ਕਦੇ ਠੇਕੇ ਮਾਲਕ ਨੇ ਸੋਚਿਆ ਵੀ ਨਹੀਂ ਹੋਣਾ ਜੀ ਹਾਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਉਸ ਸਮੇਂ ਪੁਲਿਸ ਪ੍ਰਸ਼ਾਸਨ ਨੂੰ ਪਾਜੜਾ ਪੈ ਗਈਆਂ ਜਦ ਕੁਝ ਔਰਤਾਂ ਨੇ ਨਵੇਂ ਖੁੱਲੇ ਸ਼ਰਾਬ ਦੇ ਠੇਕੇ ਵਿੱਚ ਤਾਵਾ ਬੋਲ ਦਿੱਤਾ ਇਹਨਾਂ ਔਰਤਾਂ ਵੱਲੋਂ ਸ਼ਰਾਬ ਦਾ ਠੇਕਾ ਖੋਲਣ ਦਾ ਸਖਤ ਵਿਰੋਧ ਕੀਤਾ ਗਿਆ ਜਦੋਂ ਫਿਰ ਵੀ ਠੇਕਾ ਬੰਦ ਨਹੀਂ ਹੋਇਆ ਤਾਂ ਮਜਬੂਰਨ ਔਰਤਾਂ ਨੇ ਠੇਕੇ ਤੇ ਹਮਲਾ ਕਰ ਦਿੱਤਾ ਪੜਕੀਆਂ ਔਰਤਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਠੇਕੇ ਦੇ ਬਾਹਰ ਸ਼ਰਾਬ ਦੀਆਂ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਵੀ ਮੌਕੇ ਤੇ ਮੌਜੂਦ ਸੀ ਪਰ ਇਹਨਾਂ ਔਰਤਾਂ ਨੇ ਪੁਲਿਸ ਦੀ ਵੀ ਇੱਕ ਨਹੀਂ ਚੱਲਣ ਦਿੱਤੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਪੁਲਿਸ ਦੀ ਮੌਜੂਦਗੀ ਵਿੱਚ ਬੇਖੌਫ ਔਰਤਾਂ ਨੇ ਜੋ ਠੇਕੇ ਦੇ ਅੰਦਰ ਜੋ ਜਰਾਬ ਦੀਆਂ ਬੋਤਲਾਂ ਪਈਆਂ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਸੁੱਟਣਾ ਬਾਹਰ ਸ਼ੁਰੂ ਕਰ ਦਿੱਤਾ ਤੁਹਾਨੂੰ ਦੱਸਦੀ ਹਾਂ ਕਿ ਇਹਨਾਂ ਔਰਤਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ ਸੀ ਇਸ ਠੇਕੇ ਦਾ ਤੇ ਠੇਕੇ ਮਾਲਕ ਨੂੰ ਵੀ ਕਿਹਾ ਗਿਆ ਸੀ ਕਿ ਇਹ ਠੇਕਾ ਬੰਦ ਕਰ ਦਿੱਤਾ ਜਾਵੇ ਪਰ ਜਦੋਂ ਠੇਕੇ ਮਾਲਕ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਪੂਰੇ ਮਾਮਲੇ ਨੂੰ ਇਹਨਾਂ ਔਰਤਾਂ ਨੇ ਆਪਣੇ ਹੱਥ ਵਿੱਚ ਲੈ ਲਿਆ ਤੇ ਅੱਜ ਮਜਬੂਰਨ ਇਹ ਔਰਤਾ ਠੇਕੇ ਦੇ ਅੰਦਰ ਜਾ ਵੜੀਆਂ ਅਤੇ ਜੋ ਉੱਥੇ ਬੋਤਲਾ ਮੌਜੂਦ ਸਨ ਉਹ ਚੱਕ ਕੇ ਬਾਹਰ ਛੁੱਟੜੀਆਂ ਸ਼ੁਰੂ ਕਰ ਦਿੱਤੀਆਂ ਇਸ ਮੌਕੇ ਕਾਉਂਸਲਰ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਜਿੱਥੇ ਸ਼ਰਾਬ ਦਾ ਠੇਕਾ ਖੁੱਲ੍ਹਾ ਉਸ ਤੋਂ ਥੋੜੀ ਦੂਰੀ ਤੇ ਸਕੂਲ ਮੌਜੂਦ ਹੈ ਜੇ ਵਿਦਿਆਰਥੀ ਠੇਕੇ ਵੱਲੋਂ ਹੋ ਕੇ ਜਾਂਦੇ ਨੇ ਤਾਂ ਉਹਨਾਂ ਤੇ ਗਲਤ ਅਸਰ ਪਵੇਗਾ ਤੇ ਇਲਾਕੇ ਵਾਲਿਆਂ ਦਾ ਕਹਿਣਾ ਹੈ ਕਿ ਬੇਸ਼ੱਕ ਪੁਲਿਸ ਇਲਾਕਾ ਵਾਸੀਆਂ ਖਿਲਾਫ ਮਾਮਲਾ ਦਰਜ ਕਰ ਲਵੇ ਪਰ ਉਹ ਸ਼ਰਾਬ ਦਾ ਠੇਕਾ ਨਹੀਂ ਖੁੱਲਣ ਦੇਣਗੇ ਜੀ ਹਾਂ ਜਦੋਂ ਇਹ ਸ਼ਰਾਬ ਦਾ ਠੇਕਾ ਖੋਲਿਆ ਗਿਆ ਸੀ ਉਸ ਸਮੇਂ ਵੀ ਮਾਲਕ ਨੂੰ ਕਿਹਾ ਗਿਆ ਸੀ ਕਿ ਨਜ਼ਦੀਕ ਹੀ ਸਕੂਲ ਹੈ ਇਸ ਲਈ ਠੇਕਾ ਨਾ ਖੋਲਿਆ ਜਾਵੇ ਕਿਉਂਕਿ ਸਕੂਲੀ ਬੱਚਿਆਂ ਤੇ ਇਸ ਦਾ ਗਲਤ ਅਸਰ ਪੈ ਸਕਦਾ ਹੈ ਜਦੋਂ ਠੇਕੇ ਮਾਲਕ ਨੇ ਇਹਨਾਂ ਦੀ ਇੱਕ ਨਾ ਸੁਣੀ ਤਾਂ ਇਲਾਕੇ ਨਿਵਾਸੀਆਂ ਨੇ ਪੁਲਿਸ ਦਾ ਰੁਖ ਕੀਤਾ ਪੁਲਿਸ ਦੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਮਜਬੂਰਨ ਇਲਾਕਾ ਨਿਵਾਸੀਆਂ ਨੇ ਪਹਿਲਾਂ ਤਾਂ ਠੇਕੇ ਦੇ ਬਾਹਰ ਧਰਨਾ ਲਗਾ ਦਿੱਤਾ ਅਪਰ ਜਾਦਵੀ ਕੋਈ ਕਾਰਵਾਈ ਨਹੀਂ ਹੋਈ ਤਾਂ ਭੜਕੀਆਂ ਔਰਤਾ ਅਤੇ ਉੱਥੇ ਜੋ ਮੌਜੂਦ ਲੋਕ ਸਨ ਉਹਨਾਂ ਨੇ ਠੇਕੇ ਦੇ ਤਾਵਾ ਬੋਲ ਦਿੱਤਾ ਤੇ ਠੇਕੇ ਅੰਦਰ ਜੋ ਵੀ ਸਮਾਨ ਪਿਆ ਸੀ ਉਹ ਇੱਕ ਇੱਕ ਕਰਕੇ ਬਾਹਰ ਛੁੱਟਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇ ਦੇ ਮਾਲਕ ਦੇ ਨੌਕਰਾਂ ਨੇ ਵੀ ਲੋਕਾਂ ਨਾਲ ਗੁੰਡਾਗਰਦੀ ਕੀਤੀ ਹੈ ਮਤਲਬ ਕਿ ਜਦ ਠੇਕਾ ਬੰਦ ਕਰਨ ਲਈ ਲੋਕ ਇੱਥੇ ਪਹੁੰਚੇ ਤਾਂ ਜੋ ਉੱਥੇ ਦੇ ਮਾਲਕ ਸਨ ਉਹਨਾਂ ਦੇ ਨੌਕਰਾਂ ਵੱਲੋਂ ਲੋਕਾਂ ਦੇ ਨਾਲ ਗੁੰਡਾਗਰਦੀ ਕੀਤੀ ਗਈ ਹੈ ਲੋਕਾਂ ਦੇ ਨਾਲ ਹੱਥੋ ਪਾਈ ਵੀ ਉਹ ਹੋਏ ਨੇ ਇਲਾਕੇ ਦੇ ਲੋਕਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਕਾਉਂਸਲਰ ਕਲੇਨ ਨੇ ਕਿਹਾ ਕਿ ਇਲਾਕੇ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਉਹ ਵੀ ਲੋਕਾਂ ਦੇ ਨਾਲ ਧਰਨੇ ਵਿੱਚ ਸ਼ਾਮਲ ਨੇ ਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇਗਾ ਦੱਸਿਆ ਕਿ ਇਕੱਲੀ ਲੁਧਿਆਣਾ ਹੀ ਦਾ ਇਹ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਕਈ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਔਰਤਾਂ ਨੇ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਮੁੱਦਾ ਚੁੱਕਿਆ ਹੋਵੇ ਕਿਉਂਕਿ ਕਈ ਗਰੀਬ ਪਰਿਵਾਰ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਸਰਕਾਰ ਪਿੰਡਾਂ ਵਿੱਚ ਉਨ੍ਹਾਂ ਦੇ ਘਰਾਂ ਦੇ ਕੋਲ ਹੀ ਠੇਕੇ ਖੋਲ ਰਹੀ ਹੈ ਜਿਸ ਨਾਲ ਬੱਚਿਆਂ ਤੇ ਬੁਰਾ ਅਸਰ ਪੈ ਰਿਹਾ ਤੇ ਨਾਲ ਹੀ ਉਹਨਾਂ ਦੇ ਪਤੀ ਜੋ ਕਮਾਈ ਕਰਦੇ ਨੇ ਉਹ ਵੀ ਆਉਂਦੇ ਸਮੇਂ ਠੇਕੇ ਤੇ ਖਰਚ ਕਰ ਦਿੰਦੇ ਨੇ ਇਸ ਲਈ ਔਰਤਾ ਕਾਫੀ ਜ਼ਿਆਦਾ ਦੁਖੀਆਂ ਨੇ ਤੇ ਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਜਦੋਂ ਔਰਤਾਂ ਵੱਲੋਂ ਇੱਕ ਵੱਡਾ ਕਦਮ ਚੱਕਦੇ ਹੋਏ ਠੇਕੇ ਮਾਲਕ ਖਿਲਾਫ ਸਖਤ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਪਹਿਲਾਂ ਵੀ ਐਸੇ ਤਰ੍ਹਾਂ ਠੇਕੇ ਮਾਲਕ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਜੋ ਸ਼ਰਾਬ ਦੀਆਂ ਬੋਤਲਾਂ ਸੀ ਉਹ ਪੰਨੀਆਂ ਗਈਆਂ ਸੀ ਤੇ ਹੁਣ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਮਾਮਲੇ ਵੱਲ ਧਿਆਨ ਦੇਣ ਜੇ ਠੇਕੇ ਖੋਲਣੇ ਹੀ ਹਨ ਤਾਂ ਅਜਿਹੀ ਥਾਂ ਖੋਲੇ ਜਾਣ ਜਿੱਥੇ ਸਕੂਲ ਜਾਂ ਫਿਰ ਕੋਈ ਰਿਹਾਇਸ਼ੀ ਇਲਾਕਾ ਨਜ਼ਦੀਕ ਨਾ ਹੋਵੇ ਸਰਕਾਰ ਇੱਕ ਪਾਸੇ ਤਾਂ ਪੰਜਾਬ ਦੇ ਹਾਲਾਤ ਸੁਧਾਰਨ ਦੀ ਗੱਲ ਕਰ ਰਹੀ ਹੈ ਪੰਜਾਬ ਵਿੱਚੋਂ ਨਸ਼ਾ ਬੰਦ ਕਰਨ ਦੀ ਗੱਲ ਕਰ ਰਹੀ ਹੈ ਤੇ ਉੱਥੇ ਹੀ ਦੂਜੇ ਪਾਸੇ ਰਿਹਾਈਸ਼ੀ ਇਲਾਕਿਆਂ ਦੇ ਵਿੱਚ ਜਾ ਕੇ ਲੋ ਕਿ ਸਕੂਲਾਂ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਖੋਲ ਰਹੀ ਹੈ ਇੱਕ ਤਰ੍ਹਾਂ ਨਾਲ ਸਿੱਧਾ ਹਮਲਾ ਸਰਕਾਰ ਤੇ ਵੀ ਇਹ ਹੋ ਰਿਹਾ ਹੈ ਕਿ ਸਰਕਾਰ ਤੇ ਵੀ ਹੁਣ ਸਵਾਲ ਚੁੱਕੇ ਜਾ ਰਹੇ ਨੇ ਕਿ ਤੁਸੀਂ ਪੰਜਾਬ ਨੂੰ ਸੁਧਾਰਨ ਦੀ ਗੱਲ ਕਰ ਰਹੇ ਹੋ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਕਰ ਰਹੇ ਹੋ ਪਰ ਖੁਦ ਰਿਹਾਈਸ਼ੀ ਇਲਾਕਿਆਂ ਦੇ ਨਜ਼ਦੀਕ ਜਾਂ ਫਿਰ ਕਹਿ ਲਓ ਸਕੂਲਾਂ ਦੇ ਨਜ਼ਦੀਕ ਸ਼ਰਾਬ ਦੇ ਠੇਕੇ ਖੋਲ ਕੇ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਕਿਉਂਕਿ ਜੋ ਬੱਚੇ ਨੇ ਸਕੂਲ ਜਾਂਦੇ ਨੇ ਜਦੋਂ ਉਹ ਠੇਕੇ ਮੁਰੋ ਲੰਘਦੇ ਨੇ ਤਾਂ ਇਹ ਕਿਤੇ ਨਾ ਕਿਤੇ ਗਲਤ ਅਸਰ ਉਹਨਾਂ ਤੇ ਪੈ ਸਕਦਾ ਹੈ ਤੇ ਇਸੇ ਲਈ ਅੱਜ ਵੱਡਾ ਵਿਰੋਧ ਜਿਹੜਾ ਆ ਲੁਧਿਆਣਾ ਵਿੱਚ ਵੀ ਦੇਖਣ ਨੂੰ ਮਿਲਿਆ ਜਦੋਂ ਇੱਕ ਠੇਕਾ ਰਿਹਾਈਸ਼ੀ ਇਲਾਕੇ ਦੇ ਨਜ਼ਦੀਕ ਅਤੇ ਬੱਚਿਆਂ ਦੇ ਸਕੂਲ ਦੇ ਨਜ਼ਦੀਕ ਖੋਲ ਦਿੱਤਾ ਜਾਂਦਾ ਹੈ ਪਹਿਲਾਂ ਤਾਂ ਆਰਾਮ ਦੇ ਨਾਲ ਲੋਕਾਂ ਵੱਲੋਂ ਠੇਕੇ ਮਾਲਕ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਈਵਨ ਕਿ ਪੁਲਿਸ ਵਿੱਚ ਵੀ ਸ਼ਿਕਾਇਤ ਕੀਤੀ ਜਾਂਦੀ ਹੈ ਥਾਣਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਪਰ ਜਦੋਂ ਲੋਕਾਂ ਨੂੰ ਲੱਗਿਆ ਕਿ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਮਜਬੂਰਨ ਲੋਕਾਂ ਨੇ ਫਿਰ ਅੱਜ ਇੱਕ ਵੱਡਾ ਤਾਵਾ ਠੇਕੇ ਦੇ ਅੰਦਰ ਬੋਲ ਦਿੱਤਾ ਆਸ-ਪਾਸ ਦੀਆਂ ਜੋ ਔਰਤਾਂ ਸਾਨੂੰ ਇਕੱਠੀਆਂ ਹੋ ਕੇ ਆ ਗਈਆਂ ਗੁੱਸਾ ਤੁਸੀਂ ਔਰਤਾਂ ਦਾ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਔਰਤਾਂ ਜਿਹੜੀਆਂ ਨੇ ਉਹ ਗੁੱਸੇ ਦੇ ਵਿੱਚ ਦਿਖਾਈ ਦੇ ਰੀਆਂ ਨੇ ਇਵਨ ਕਿ ਇਹਨਾਂ ਨੇ ਪੁਲਿਸ ਦੀ ਪਰਵਾਹ ਵੀ ਨਹੀਂ ਕੀਤੀ ਕਿ ਠੇਕੇ ਦੇ ਵਿੱਚ ਪੁਲਿਸ ਵੀ ਇਹਨਾਂ ਨੂੰ ਰੋਕਣ ਲਈ ਮੌਜੂਦ ਸੀ ਪਰ ਪੁਲਿਸ ਦੀ ਪਰਵਾਹ ਕੀਤੇ ਬਿਨਾ ਇਹਨਾਂ ਨੇ ਸ਼ਰਾਬ ਦੀਆਂ ਬੋਤਲਾਂ ਪੰਨਣੀਆਂ ਸ਼ੁਰੂ ਕਰ ਦਿੱਤੀਆਂ ਇਹ ਨਾਲੇ ਤਾਂ ਉਹ ਦੱਸਦੀ ਹੈ ਕਿ ਜਦੋਂ ਔਰਤਾਂ ਵੱਲੋਂ ਸ਼ਰਾਬ ਦੀਆਂ ਬੋਤਲਾਂ ਸੁੱਟੀਆਂ ਜਾ ਰਹੀਆਂ ਸੀ ਤਾਂ ਕੁਝ ਲੋਕਾਂ ਵੱਲੋਂ ਆਪਣਾ ਫਾਇਦਾ ਦੇ ਕੇ ਉਹ ਸ਼ਰਾਬ ਦੀਆਂ ਬੋਤਲਾਂ ਆਪਣੀਆਂ ਰੇੜੀਆਂ ਵਿੱਚ ਵੀ ਭਾਨੀਆਂ ਸ਼ੁਰੂ ਕਰ ਦਿੱਤੀਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਔਰਤਾਂ ਬੋਤਲ ਬਾਹਰ ਸੁੱਟ ਰਹੀਆਂ ਨੇ ਤੇ ਕੁਝ ਲੋਕ ਜੋ ਨੇ ਉੱਥੇ ਮੌਜੂਦ ਨੇ ਜੋ ਸ਼ਰਾਬੀ ਕਹਿ ਲੋ ਜਾ ਕਹ ਲੋ ਕਿ ਨਿਤ ਦਿਨ ਪੀਣ ਦੇ ਆਦੀ ਨੇ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲ ਗਿਆ ਉਹਨਾਂ ਨੇ ਸ਼ਰਾਬ ਦੀਆਂ ਬੋਤਲਾਂ ਆਪਣੀ ਰੇੜੀਆਂ ਵਿੱਚ ਜਾਂ ਆਪਣੇ ਜੇਬਾਂ ਵਿੱਚ ਪਾਣੀਆਂ ਸ਼ੁਰੂ ਕਰ ਦਿੱਤੀਆਂ ਤਸਵੀਰਾਂ ਸਿੱਧੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਤੋਂ ਜਿੱਥੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਠੇਕਾ ਸਕੂਲ ਦੇ ਨਜ਼ਦੀਕ ਖੁੱਲ ਗਿਆ ਔਰਤਾਂ ਵੱਲੋਂ ਵੱਡਾ ਹੰਗਾਮਾ ਕੀਤਾ ਗਿਆ ਕਹ ਲੋ ਕਿ ਪੁਲਿਸ ਦੀ ਮੌਜੂਦਗੀ ਵਿੱਚ ਔਰਤਾਂ ਨੇ ਠੇਕੇ ਦੇ ਮਾਲਕ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਸ਼ਰਾਬ ਦੀਆਂ ਬੋਤਲਾਂ ਬਾਹਰ ਸੁੱਟਣੀਆਂ ਸ਼ੁਰੂ ਕਰ ਦਿੱਤੀ ਆ ਹੁਣ ਸਵਾਲ ਇੱਥੇ ਉੱਠਦਾ ਹੈ ਕਿ ਸਰਕਾਰ ਕੀ ਕਰ ਰਹੀ ਹੈ ਸਾਡੀ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਅਸੀਂ ਨਸ਼ਾ ਬੰਦ ਕਰ ਰਹੇ ਹਾਂ ਨਸ਼ੇ ਤੇ ਠੱਲ ਪਾਈ ਜਾ ਰਹੀ ਹੈ ਨਸ਼ਾ ਤਸਕਰਾਂ ਨੂੰ ਅਸੀਂ ਪਕੜ ਰਹੇ ਹਾਂ ਕਿਉਂਕਿ ਅਸੀਂ ਪੰਜਾਬ ਦਾ ਮਾਹੌਲ ਜਿਹੜਾ ਆ ਉਹ ਵਧੀਆ ਕਰਨਾ ਹੈ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕਿਆ ਹੈ ਦੂਜੇ ਪਾਸੇ ਸ਼ਰਾਬ ਦੇ ਠੇਕੇ ਤੁਸੀਂ ਖੋਲ ਰਹੇ ਹੋ ਜਿਸ ਦਾ ਸਿੱਧਾ ਅਸਰ ਜੋ ਛੋਟੇ ਬੱਚੇ ਨੇ ਉਹਨਾਂ ਤੇ ਪੈ ਰਿਹਾ ਤੇ ਜੇ ਔਰਤਾਂ ਦੀ ਗੱਲ ਕਰੀਏ ਇਹਨਾਂ ਔਰਤਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਇਹਨਾਂ ਨੇ ਵੀ ਸਾਂ ਕਹਿਆ ਕਿ ਸਾਡੇ ਪਰਿਵਾਰ ਗਰੀਬ ਨੇ ਸਾਡੇ ਘਰ ਵਾਲੇ ਜੋ ਕਮਾਉਂਦੇ ਨੇ ਜਦੋਂ ਸ਼ਰਾਬ ਦਾ ਠੇਕਾ ਘਰ ਦੇ ਕੋਲ ਖੁੱਲਾ ਹੁੰਦਾ ਤਾਂ ਜਦੋਂ ਕੰਮ ਤੇ ਵਾਪਸ ਆਉਂਦੇ ਨੇ ਤਾਂ ਆਂਦੇ ਸਮੇ ਉਹ ਸ਼ਰਾਬ ਦੀ ਬੋਤਲ ਘਰ ਲੈ ਕੇ ਆਂਦੇ ਨੇ ਤੇ ਖੁਦ ਪੀਂਦੇ ਨੇ ਕਮਾਈ ਵੀ ਉਡਾਉਂਦੇ ਨੇ ਤੇ ਜਦੋਂ ਉਸ ਨੂੰ ਪੀਂਦੇ ਹੋਏ ਸਾਡੇ ਬੱਚੇ ਦੇਖਦੇ ਨੇ ਤਾਂ ਬੁਰਾ ਅਸਰ ਬੱਚਿਆਂ ਤੇ ਵੀ ਪੈਂਦਾ ਇਸ ਲਈ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਇਹ ਮਾਮਲੇ ਨਿਤ ਦਿਨ ਸਾਹਮਣੇ ਆ ਰਹੇ ਨੇ ਇਸ ਤੇ ਕੋਈ ਵੱਡਾ ਕਦਮ ਚੁੱਕਣਾ ਚਾਹੀਦਾ